ਕਿੰਦਰ ਵੀਰ ਜੀ ਜਿਹੜੀ ਮਰਡਰ ਹੋਇਆ ਬ੍ਰਦਰ ਦਾ ਕਿਵੇਂ ਕਦੋਂ ਗਿਆ ਸੀ ਘਰੋਂ ਕਿੰਨੇ ਵਜੇ ਵੀਰੇ ਰਾਤ 7:45 ਘਰੋਂ ਗਏ ਇਹ ਠੀਕ ਹੈ ਘਰੋਂ ਜਾ ਕੇ ਬਾਅਦ 'ਚ ਉੱਥੇ ਘੁੰਮ ਸੈਰ ਕਰਨ ਜਾਇਆ ਕਰਦਾ ਘੁੰਮਣ ਜੀ ਠੀਕ ਹੈ ਅਤੇ ਬਾਅਦ 'ਚ ਫੋਨ ਕਰਾਇਆ ਫੋਨ ਇਹਦਾ ਬੰਦ ਆਈ ਗਿਆ ਫਿਰ ਮੈਨੂੰ ਭਾਬੀ ਜੀ ਨੇ ਠਾਲਿਆ ਜਦ ਰਾਤ ਭਾਬੀ ਜੀ ਨੇ 1:30 ਦੇਖਿਆ 2 ਵੀ ਮੈਨੂੰ ਕਹਿੰਦੀ ਖੁਸ਼ੀ ਨਹੀਂ ਆਇਆ ਮੈਂ ਭੱਜ ਕੇ ਉੱਠਿਆ ਜਦ ਮੈਂ ਦੇਖਿਆ ਮੇਰੇ ਵਾਲੇ ਫੋਨ 'ਤੇ ਫੋਨ ਆਏ ਹੋਏ ਸੀ ਅਤੇ ਮੈਂ ਜਾ ਕੇ ਦੇਖਿਆ ਜੀ ਅੱਗੇ ਕੁਛ ਵੀ ਨਹੀਂ ਸੀ ਤੁਹਾਨੂੰ ਕਿਵੇਂ ਪਤਾ ਲੱਗਿਆ ਮੈਨੂੰ ਭਾਬੀ ਜੀ ਨੇ ਠਾਇਆ ਜੀ ਮੈਂ ਸੁੱਤਾ ਪਿਆ ਸੀ ਕਿ ਖੁਸ਼ੀ ਨਹੀਂ ਆਇਆ ਗਾ ਉਹਨੂੰ 1:30 ਜਾ ਕੇ ਆਈ ਜੀ ਘਰੋਂ ਗਿਆ ਸੀ 8 ਰੋਜ਼ ਜਾਇਆ ਕਰਦਾ ਜੀ ਘੁੰਮਣ ਜੀ ਆ ਜਾਂਦਾ ਸੀ ਜੀ ਵਾਪਸ ਕੋਈ ਲੱਗਦਾ ਵੀ ਦੁਸ਼ਮਣ ਨਹੀਂ ਕਿਸੇ ਨਾਲ ਰੰਜਿਸ਼ ਹੋਵੇ ਜਾਂ ਕੁਛ ਨਹੀਂ ਕਹਿ ਸਕਦੇ ਜੀ ਅਜੇ ਵੀ ਕੀ ਗੱਲਬਾਤ ਹੈ ਬਿਨਾਂ ਤੋਂ ਜੀ ਹੁਣ ਤੁਸੀਂ ਕੀ ਮੰਗ ਕਰਦੇ ਹੋ ਇਸ ਸੰਬੰਧ 'ਚ ਮੰਗ ਮੇਰੇ ਭਾਈ ਦਾ ਕਤਲ ਨਿਕਲਣਾ ਚਾਹੀਦਾ ਜੇ ਕਤਲ ਹੋਇਆ ਜੀ ਨਾ ਕਤਲ ਨਿਕਲਣਾ ਚਾਹੀਦਾ ਜੀ ਠੀਕ ਹੈ ਕੁਛ ਇਹ ਜੀ ਰਾਤ ਵੈਸੇ ਸੈਰ ਕਰਨ ਗਿਆ ਕੋਈ 9:15 9 ਤੋਂ ਬਾਅਦ ਘਰ ਨਹੀਂ ਮੁੜ ਕੇ ਆਇਆ ਜਦੋਂ ਨਾ ਆਇਆ ਘਰਦਿਆਂ ਨੇ ਦੇਖਿਆ ਉਹ ਕਿਤੇ ਬੱਚੇ ਸੋ ਗਏ ਵੀ ਆਇਆ ਨਹੀਂ ਹੈਗਾ ਰਾਤ ਨੂੰ ਸੈਰ ਕਰਨ ਗਿਆ ਵੀ ਆ ਕੇ ਪੈ ਜਾਂਦਾ ਉਹਨੇ ਫਿਰ ਆਪਣੇ ਦਿਓਰ ਨੂੰ ਫੋਨ ਕੀਤਾ ਨਾਲ ਹੀ ਕਮਰੇ ਦੇ ਵੀ ਤੇਰਾ ਭਰਾ ਨਹੀਂ ਆਇਆ ਉਹ ਮੁੰਡਾ ਉਹਦਾ ਭਰਾ ਫਿਰ ਜਾ ਕੇ ਜਦੋਂ ਦੇਖਿਆ ਉਹਨੇ 2:00 ਹਮੀਰਗੜ੍ਹ ਰੋਡ ਦੇ ਉੱਤੇ ਭੱਠੋਂ ਦੇ ਵਿਚਾਲੇ ਦੇ ਹਮੀਰਗੜ੍ਹ ਦੇ ਵੱਢਿਆ ਪਿਆ ਸੀਗਾ ਸਿਰ 'ਚ ਤਿੱਖੇ ਹਥਿਆਰਾਂ ਨਾਲ ਵਾਰ ਕੀਤਾ ਹੋਇਆ ਸੀਗਾ ਦੂਜਾ ਨੰਬਰ ਉਹਨਾਂ ਨੇ ਫਿਰ ਮੈਨੂੰ ਫੋਨ ਕੀਤਾ ਫਿਰ ਮੈਂ ਮੇਰਾ ਬੇਟਾ 5-4 ਬੰਦੇ ਅਸੀਂ ਜਾ ਕੇ ਜਦੋਂ ਦੇਖੇ ਹਾਲਾਤ ਫਿਰ ਪੁਲਿਸ ਵਾਲਿਆਂ ਨੂੰ ਸੂਚਿਤ ਕੀਤਾ ਬਹੁਤ ਬੁਰੀ ਹਾਲਤ ਨਾਲ ਮਾਰਿਆ ਵੈਸੇ ਮੁੰਡਾ ਦੁਸ਼ਮਣੀ ਕੋਈ ਹੈ ਨਹੀਂ ਵੀ ਕੋਈ ਨਿੱਜੀ ਦੁਸ਼ਮਣੀ ਹੈਗੀ ਇਸ ਦਾ ਕੋਈ ਪਤਾ ਨਹੀਂ ਲੱਗ ਰਿਹਾ ਵੈਸੇ ਪ੍ਰਸ਼ਾਸਨ ਪੂਰਾ ਜ਼ੋਰ ਤੋਰ ਹਰ ਪੱਖੋਂ ਕੋਸ਼ਿਸ਼ ਕਰ ਰਹੇ ਹੈ ਇਹ ਡਿਸਟ੍ਰਿਕਟ ਸੰਗਰੂਰ ਦੇ ਵਿੱਚ ਸਬ ਡਿਵੀਜ਼ਨ ਮੂਨਕੌਰ ਥਾਣਾ ਮੂਨਕ ਦਾ ਪਿੰਡ ਪੈਂਦਾ ਭਾਠੂਆਂ ਉੱਥੇ ਮਤਲਬ ਦਿਵਾਲੀ ਦੇ ਦਿਨ ਚੱਲਦੇ ਨੇ ਰਾਤ ਦੀ ਵਾਰਦਾਤ ਹੈ ਕਿ ਇਹ ਲੜਕਾ ਸੀ ਜਿਹੜਾ ਸੁਖਵਿੰਦਰ ਸਿੰਘ ਉਰਫ ਖੁਸ਼ੀ ਕਾਫੀ ਮਸ਼ਹੂਰ ਸੀ ਇਹ ਪਹਿਲਾਂ ਟਿਕਟੋਕ ਹੁਣ ਬੰਦ ਹੋ ਗਿਆ ਉਹ ਟਿਕਟੋਕ 'ਤੇ ਵੀ ਇਹਦਾ ਅਕਾਊਂਟ ਬਣਿਆ ਹੋਇਆ ਸੀ ਕਾਫੀ ਜ਼ਿਆਦਾ ਇਹ ਫੇਮਸ ਸੀਗਾ ਇਹਦੇ ਫੋਲੋਅਰ ਵੀ ਸੀਗੇ 5-7 ਅਤੇ ਇਹ ਰਾਤ ਨੂੰ ਇਹਦੀ ਆਦਤ ਸੀ ਆਪਣੇ ਘਰ 'ਚੋਂ ਬਾਹਰ ਨਿਕਲ ਕੇ ਪਿੰਡ ਤੋਂ ਬਾਹਰ ਰੋਡ ਨੂੰ ਜਿੱਧਰ ਨੂੰ ਮਤਲਬ ਕੋਈ ਪਿੰਡ ਹੈ ਹਮੀਰਗੜ੍ਹ ਸਾਈਡ ਅਤੇ ਉੱਥੇ 1-1.5 ਕਿਲੋਮੀਟਰ ਇਹ ਸੈਰ ਕਰਨ ਚਲਿਆ ਜਾਂਦਾ ਸੀ ਅਤੇ ਰਾਤ ਜਦੋਂ ਇਹਦੀ ਵਾਈਫ 9-10 ਸੌਂ ਗਈ ਜਦੋਂ ਉਹਨੂੰ ਜਾਗ ਖੁੱਲ੍ਹੀ 12-12 ਉਹਨੇ ਕਿਹਾ ਆਪਣੇ ਦਿਓਰ ਨੂੰ ਵੀ ਤੇਰਾ ਭਰਾ ਨਹੀਂ ਆਇਆ ਤਾਂ ਉਹਨੇ ਫਿਰ ਫੋਨ ਕਰਿਆ ਫੋਨ ਬੰਦ ਆ ਰਿਹਾ ਸੀ ਉਹਨੇ ਉਸੇ ਤਰ੍ਹਾਂ ਹੀ ਜਿੱਧਰ ਸੈਰ ਸੂਰ ਕਰਦਾ ਉਹ ਫੋਨ ਕਰਦਾ ਰਹਿੰਦਾ ਸੀ ਤਾਂ ਉਹ ਚੈੱਕ ਕੀਤਾ ਤਾਂ ਉਹਦੀ ਬੋਡੀ ਪਈ ਸੀ ਪਿੰਡ ਤੋਂ 1 ਕਿਲੋਮੀਟਰ ਦੂਰ ਔਰ ਬੁਰੀ ਤਰ੍ਹਾਂ ਮੂੰਹ 'ਤੇ ਕੱਟ ਸੀਗੇ ਵੱਢਿਆ ਹੋਇਆ ਸੀ ਮੂੰਹ ਸਿਰਫ ਮੂੰਹ 'ਤੇ ਹੀ ਕੋਈ ਸ਼ਾਰਪ ਵੈਪਨ ਨਾਲ ਟੱਕ ਲਾਏ ਹੋਏ ਸੀ ਇਸ ਤਰ੍ਹਾਂ ਫਿਰ ਆਪਾਂ ਉਹਦੇ 'ਚ ਹਾਲੇ ਤਾਂ ਇਹੀ ਯਕੀਨ ਹੈ ਵੀ ਜਾਣ ਬੁੱਝ ਕੇ ਕਿਸੇ ਨੇ ਯਕੀਨ ਮੱਥ ਕੇ ਮਤਲਬ ਇਹਦਾ ਮਰਡਰ ਕੀਤਾ ਪਰ ਅਸੀਂ ਉਹਨਾਂ ਨੂੰ ਜਲਦੀ ਕਾਬੂ ਕਰ ਲਾਂਗੇ ਤਫਤੀਸ਼ ਚੱਲ ਰਹੀ ਹੈ ਹੁਣ ਵੀ ਮੇਰੇ SHO ਔਰ SSP ਸਾਹਿਬ ਵੱਲੋਂ CIA ਇੰਚਾਰਜ ਉੱਥੇ ਆਏ ਹੋਏ ਨੇ ਸਾਰੇ ਔਫੀਸਰ ਵੀ ਮੌਕੇ 'ਤੇ ਆ ਕੇ ਗਏ ਨੇ ਜਲਦੀ ਟਰੇਸ ਹੋ ਜਾਊਗਾ ਹੁਣ ਦੀ ਆਸ ਹੈ